की बन के जाएगा। हुण दस के मैं लगदा मैं एदा लगदा सौरे चलिया नहीं, सौरियां तो झाटा पटा के वापस मुड़े। हुण दस के मैं लगदा आ तिल ला के ना तिल भर भी फर्क नहीं पिया तेरे। ले हुण दस पछाणे ना मस्से नाल भी ना मासा नहीं फर्क पिया भाई जान। ले हुण फर्क पिया तुक्की दा फर्क नहीं पिया, अगलियां जांदे मुछ पट के हाथ फड़ा देनी तेरे। हुण किदां लगदा हुण अखां दा ही नहीं अकल दा भी अन्ना लगदा। ਉਹ ਇਹੋ ਜਿਹੇ ਨਸ਼ੇੜੀ ਨਾ ਕੋਈ ਆਪਣੀ ਬੱਚੀ ਭੇਜ ਦੇਗਾ ਤੈਨੂੰ ਗੱਡੀ 'ਚ ਬਹਿਣ ਨਹੀਂ ਦਿੰਦੇ, ਗੱਡੀ ਦੇ ਥੱਲੇ ਦੇ ਕੇ ਭਾਵੇਂ ਮਾਰ ਦੇਣ। ਪਰ ਹੁਣ ਹੋਰ ਦੱਸ ਮੈਂ ਕੀ ਕਰਾਂ। ਮੈਂ ਦੱਸਦਾ ਗੋਲਡੀ ਗੋਲਡੀ ਉਹ ਗੋਲਡੀ ਸਾਲਿਆ ਕੁੱਤਿਆ ਕਮੀਨਿਆ ਜੀ ਕਰਦਾ ਤੇਰੇ ਕੰਨ ਤੇ ਥੱਪੜ ਮਾਰਾਂ ਮੈਂ। ਹੈ ਆਂਟੀ ਸਤਿ ਸ਼੍ਰੀ ਅਕਾਲ। ਵਾਹ ਜੇ ਇਹਨੂੰ ਇੱਜ਼ਤ ਕਹਿਣਾ ਨਾ ਫੇਰ ਨਹੀਂ ਤੈਨੂੰ ਕਦੇ ਬੇਇੱਜ਼ਤੀ ਮਹਿਸੂਸ ਹੋਣੀ। ਸਤਿ ਸ਼੍ਰੀ ਅਕਾਲ ਜੀ। ਪਹਿਲੀ ਵੀ ਸੁਣ ਗਈ ਸੀ ਫੇਰ ਲੁੜਕ ਸੀ ਥੋਂ ਉਹ ਤੇਰਾ ਪ੍ਰੋਡਿਊਸਰ ਪਤਾ ਮੈਂ ਤੂੰ ਆਪਣੀ ਘਰਵਾਲੀ ਨੂੰ ਮੈਸੇਜ ਲਿਖਾਉਣ ਨੂੰ ਫਿਰਦਾ ਸੀ। ਤੇ ਕੀ ਪ੍ਰੋਬਲਮ ਹੈ ਤੈਨੂੰ? ਉਹ ਪ੍ਰੋਡਿਊਸਰ ਦੀ ਘਰਵਾਲੀ ਨੂੰ ਲੋਕੀ ਮੁਫਤੀ ਮੈਸੇਜ ਲਿਖਣ ਨੂੰ ਤਰਸਦੇ ਆ। ਹੈਲੋ ਮੈਮ, ਗੁੱਡ ਮਾਰਨਿੰਗ ਮੈਮ, ਤੈਨੂੰ ਤੇ ਅਗਲਾ ਪੈਸੇ ਦੇ ਰਿਹਾ ਸੀ। ਉਹ ਤੂੰ ਬਕਵਾਸ ਬੰਦ ਕਰ, ਮੈਨੂੰ ਐ ਸੀ ਮੇਰਾ ਕੋਈ ਗਾਣਾ ਖਰੀਦੂਗਾ, ਮੈਂ ਆਪਦੇ ਘਰ ਦਾ ਰੈਂਟ ਭਰੂੰਗਾ, ਹੁਣ ਫੇਰ ਮੈਨੂੰ ਘਰੇ ਆਪਦੇ ਚੋਰੀ ਛਿਪੇ ਜਾਣਾ ਪੈਣਾ। ਉਹ ਯਾਰ ਜੇ ਮੈਂ ਪ੍ਰੋਫੈਸਰ ਦੀ ਗੱਲ ਭੂਆ ਨਾਲ ਨਾ ਬਣਾਈ ਉਹਨੇ ਮੇਰੇ ਪਿੱਛੇ ਲੱਗਿਆ ਰਹਿਣਾ, ਮੈਨੂੰ ਡਰ ਹੈ ਕਿਤੇ ਮੈਂ ਫੜਿਆ ਨਾ ਜਾਵਾਂ। ਗੱਲ ਤਾਂ ਤੇਰੀ ਮੈਂ ਸਮਝਦਾ ਹਾਂ, ਪਰ ਹੁਣ ਗੁੰਡੇ ਕਿੱਥੋਂ ਲਿਆਈਏ? ਗੁੰਡੇ ਹੁਣ ਕੋਈ ਢਾਬੇ ਦੀ ਆਈਟਮ ਤਾਂ ਹੈ ਨਹੀਂ ਜਿਹੜਾ ਕਹੀਏ ਵੀ ਲਿਆ ਤਿੰਨ ਪਲੇਟ ਗੁੰਡੇ ਉੱਤੇ ਮੱਖਣ ਪਾ ਲਿਆ ਹੀ। ਉਹ ਯਾਰ ਮੈਂ ਕਬੀਲਦਾਰ ਬੰਦਾ, ਮੇਰਾ ਬਾਹਲਾ ਸਰਕਲ ਹੈ ਨਹੀਂ, ਤੇਰਾ ਸੌ ਕੁੱਤੇ ਬਿੱਲੇ ਨਾਲ ਉੱਠਣ ਬੈਠਣਾ, ਕਿਸੇ ਨੂੰ ਰਿਕੁਐਸਟ ਕਰਦੇ? ਰਿਕੁਐਸਟ ਕਿਸੇ ਚੰਗੇ ਕੰਮ ਦੀ ਹੁੰਦੀ ਹੈ, ਕੀ ਕਹਾਂ ਵੀ ਕੋਈ ਕੁੜੀ ਛੇੜਨੀ ਹੈ ਤਾਂ ਛਿੱਤਰ ਖਾਣੇ ਆ। ਉਹ ਛਿੱਤਰ ਛੁੱਤਰ ਮਾਰਨ ਵਾਲਾ ਹੈ ਨਹੀਂ ਉਹ, ਉਹਨੇ ਥੋੜ੍ਹਾ ਮੋਟਾ ਹੱਥ ਪੱਲਾ ਜਿਹਾ ਮਾਰਨਾ। ਉਹ ਤਾਂ ਜੇ ਧੁੱਪੇ ਆਪਣੇ ਘਰ ਤੋਂ ਕਾਰ ਤੱਕ ਨਿਕਲੇ ਨਾ ਤਾਂ ਉਹਦੀ ਨਕਸੀਰ ਪੁੱਟੀ ਜਾਂਦੀ ਹੈ। ਨਾਲੇ ਗੱਲ ਸੁਣ, 3-4 ਵਜੇ ਤੋਂ ਬਾਅਦ ਤੁਹਾਡੇ ਢਾਬੇ 'ਤੇ ਬ੍ਰੇਕ ਹੀ ਹੁੰਦੀ ਹੈ, ਆਪਦੀ ਲਗੌੜ ਜੀ ਇਕੱਠੀ ਕਰ, ਲੈ ਜਾ ਉੱਥੇ, 1 ਘੰਟੇ ਦਾ ਕੰਮ ਹੈ ਸਾਰਾ। ਪਰ ਘੰਟੇ 'ਚ ਜਾ ਕੇ ਕੁੜੀ ਛੇੜ ਕੇ ਫੈਂਟੀ ਖਾ ਕੇ ਮੁੜਿਆ ਨਹੀਂ ਜਾਣਾ, ਟਾਈਮ ਲੱਗੂ। ਉਹ ਤੂੰ ਪੁੱਛ ਕੇ ਤਾਂ ਦੇਖ ਕੇ ਕਰੀ। ਉਸਤਾਦ ਜੀ। ਹਾਂਜੀ। ਆਇਓ ਜ਼ਰਾ ਜਲਦੀ ਆਇਓ ਉਸਤਾਦ ਜੀ, ਬਹੁਤ ਅਰਜੈਂਟ ਕੰਮ ਆ ਗਿਆ ਇੱਕ। ਹਾਂਜੀ ਦੱਸੋ। ਆਪਣਾ ਹਰੀਆ ਕਿੱਥੇ? ਹਰੀਆ ਗਿਆ ਤੇਲ ਲੈਣ। ਕੰਮ ਜੇ ਦੱਸਿਆ ਨਹੀਂ, ਗੁੱਸਾ ਪਹਿਲਾਂ ਹੀ ਕਰ ਲਿਆ ਤੁਸੀਂ। ਉਹ ਸੱਚੀਓ ਤੇਲ ਲੈਣ ਗਿਆ ਜੀ, ਆਪਣਾ ਮਿੱਟੀ ਦਾ ਤੇਲ ਮੁੱਕਿਆ ਹੋਇਆ। ਓਕੇ। ਤੇ ਆਪਣਾ ਪੋਲਾ? ਪੋਲਾ ਵੜ ਗਿਆ ਭਾਂਡੇ 'ਚ। ਕੀ ਕਹਿ ਰਹੇ ਹੋ? ਉਹ ਦਾਲ ਵਾਲੇ ਦੇਗ 'ਚ ਵੜ ਗਿਆ ਜੀ, ਧੋਂਦਾ ਪਿਆ ਉਹਨੂੰ, ਉਹਨੂੰ ਮਾਂਜ ਕੇ ਬਾਹਰ ਨਿਕਲੂ। ਦੇਗ 'ਚ ਵੜਿਆ ਹੋਣਾ ਨਾ। ਅੱਛਾ ਉਸਤਾਦ ਜੀ, ਆ ਮੇਰੀ ਮਾਂ ਨੇ 6 ਸਾਲ ਹੋ ਗਏ ਤਨਖਾਹ ਤੁਹਾਡੀ ਵਧਾਈ ਨਹੀਂ, ਜੇ ਤੁਹਾਡੀ ਕੋਈ ਉੱਪਰੋਂ ਕਮਾਈ ਦਾ ਪ੍ਰਬੰਧ ਕਰ ਦਈਏ। ਹੋ ਗਏ ਮੈਂ ਦੱਸ ਬਈ। ਬਸ ਛੋਟੇ ਵੀਰ, ਇੱਕ ਨਾ ਕੁੜੀ 'ਚ ਹੀ ਛੇੜਨੀ ਹੈ ਨਾ, ਮੇਰਾ ਦਿਮਾਗ ਖਰਾਬ ਹੈ ਜਿਹੜਾ ਕੁੜੀ ਨੂੰ ਛੇੜ ਕੇ ਛਿੱਤਰ ਖਾਵਾਂ। ਨਹੀਂ 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 ਨਹੀਂ, ਛਿੱਤਰ ਨਹੀਂ ਪੈਣੇ, ਉਹ ਬਹੁਤ ਬਰੋਡ ਮਾਈਂਡਡ ਹੈ, ਬੜੀ ਓਪਨ ਮਾਈਂਡਡ ਹੈ, ਉਹ ਤਾਂ ਸਗਨ ਤੇ ਖੁਸ਼ ਹੋਊਗੀ ਉਲਟਾ ਵੀ ਮੈਨੂੰ ਕਿਸੇ ਨੇ ਛੇੜਿਆ। ਹੋਰ ਕੁੜੀ ਵੈਸੇ ਵੀ ਥੋੜੀ ਸਿਆਣੀ ਉਮਰ ਦੀ ਹੈ ਤੇ ਛੇੜ ਛੜਾਈਆਂ ਨੂੰ ਜ਼ਿਆਦਾ ਬਾਦਰ ਨਹੀਂ ਕਰਦੀ। ਉਲਟਾ ਸਗਨ ਤੇ ਜਿਹੜਾ ਉਹਨੂੰ ਬਚਾਉਣਾ ਹੋਊਗਾ ਨਾ, ਉਹ ਤੋਂ ਬਸ ਕੁੱਟ ਖਾਣੀ ਆ, ਉਹ ਵੀ ਨਕਲੀ, 2-4 ਵਾਰ ਇੱਧਰ ਉੱਧਰ ਜੇ ਗਿਰ ਕੇ ਉੱਠ ਕੇ ਆਪਦੇ ਕੱਪੜੇ ਝਾੜ ਕੇ ਪੈਸੇ ਫੜ ਕੇ ਘਰੇ ਆ ਜਾਓ। ਪਰ ਵੀਰ ਜੀ, ਸਾਡੇ ਤੋਂ 2 ਵਾਰ ਛਿੱਤਰ ਨਹੀਂ ਖਾਧੇ ਜਾਣੇ। 2 ਵਾਰ? ਆਹੋ, ਇੱਕ ਉੱਥੇ ਤੇ ਵਾਪਸ ਆ ਕੇ ਮਾਤਾ ਤੋਂ। ਨਾ ਨਾ, ਤੂੰ ਬਸ ਆਪਣਾ ਗੁੰਡਾ ਯੂਨਿਟ ਤਿਆਰ ਕਰ, ਮਾਤਾ ਨੂੰ ਸਾਹਮਣਾ ਕੰਮ ਮਿਲ। ਠੀਕ ਹੈ। ਬਸ ਫਿਰ ਕੱਲ੍ਹ ਨੂੰ ਸ਼ਾਮ ਨੂੰ 6 ਵਜੇ ਨਵੇਂ ਮਾਲ ਦੇ ਸਾਹਮਣੇ।